ਗੁਰੂ ਦੀਆਂ ਲਾਡਲੀਆਂ ਫੌਜਾਂ ਅੱਜ ਜਗਰਾਓਂ ਵਿਖੇ ਮਹੱਲਾ ਕੱਢਣ ਜਾ ਰਹੀਆਂ ਨੇ। ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਜੀ ਤਰਨਾ ਦਲ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸਾਰਾ ਮਹੱਲਾ ਕੱਢਿਆ ਜਾ ਰਿਹਾ। ਅੱਜ ਇੱਕ ਮਤਾ ਜਿਹੜਾ ਵਾ, ਇੱਥੇ ਸਾਰਿਆਂ ਨੇ ਰਲ ਕੇ, ਸਾਰੀਆਂ ਫੌਜਾਂ ਨੇ ਰਲ ਕੇ ਮਤਾ ਜਿਹੜਾ ਪਾਇਆ ਕਿ ਜੋ ਮੋਰਚੇ ਲੱਗੇ ਨੇ, ਕਿਸਾਨ ਮੋਰਚੇ ਚਾਹੇ ਸ਼ੰਭੂ ਆ ਅਤੇ ਚਾਹੇ ਦੂਸਰਾ, ਉਹ ਮੋਰਚਿਆਂ ਦਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਡਿਬਰੂਗੜ੍ਹ ਦੀ ਜੇਲ੍ਹ ਵਿਖੇ ਉੱਥੇ ਰੱਖ ਕੇ ਉਹਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ, ਜਬਰ ਕੀਤਾ ਜਾ ਰਿਹਾ, ਉਹ ਸਿੰਘ ਭੁੱਖ ਹੜਤਾਲ 'ਤੇ ਨੇ। ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਜੇਲ੍ਹਾਂ ਵਿੱਚ ਵੀ ਸਾਰੇ ਜਿਹੜੇ ਆ ਬੰਦੀ ਸਿੰਘ ਭੁੱਖ ਹੜਤਾਲ ਕਰ ਰਹੇ ਨੇ। ਪਿਛਲੇ ਦਿਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਹਨਾਂ ਦੀ ਚੜ੍ਹਦੀ ਕਲਾ ਲਈ, ਉਹਨਾਂ ਦੀ ਸਿਹਤਯਾਬੀ ਲਈ ਕੀਤੀ ਗਈ ਆ। ਅੱਜ ਵੀ ਸਾਰਾ ਸਮੁੱਚਾ ਦਲ ਪੰਥ ਜਿਹੜਾ ਇੱਥੇ ਬੈਠਾ, ਇਹ ਇਹਨਾਂ ਸਾਰੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਵਿੱਚ ਸਾਰੇ ਹੀ ਦਲ ਵੱਲੋਂ ਜਿੱਥੇ ਗੁਰੂ ਅੱਗੇ ਅਰਦਾਸ ਆ ਕਿ ਉਹ ਉਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਹੋਵੇ, ਅਤੇ ਸਰਕਾਰ ਨੂੰ ਇਸ ਗੱਲ ਲਈ ਚੇਤੰਨ ਕੀਤਾ ਜਾ ਰਿਹਾ ਕਿ ਉਹ ਜਿਹੜੇ ਬੰਦੀ ਸਿੰਘ ਆ ਜਿਹੜੇ ਪੰਜਾਬ ਤੋਂ ਬਾਹਰ ਨੇ, ਉਹਨਾਂ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਜਾਵੇ। ਜਿਹੜਾ ਮੋਰਚਾ ਇਸ ਸਬੰਧ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਪਰਿਵਾਰ ਅਤੇ ਖਾਸ ਤੌਰ 'ਤੇ ਉਹਨਾਂ ਦੀ ਮਾਤਾ ਜੀ ਵੱਲੋਂ ਭੁੱਖ ਹੜਤਾਲ ਰੱਖੀ ਗਈ ਆ, ਸਾਰਾ ਮੋਰਚਾ ਉਹਨਾਂ ਦਾ ਡਟ ਕੇ ਸਮਰਥਨ ਕਰਦਾ, ਉਹਨਾਂ ਦੇ ਨਾਲ ਸਹਿਯੋਗੀ ਵੀ ਆ। ਸੋ ਗੁਰੂ ਕਿਰਪਾ ਕਰਨ, ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਅਤੇ ਜਿਹੜੀ ਪੰਜਾਬ ਦੀ ਜੇਲ੍ਹਾਂ ਵਿੱਚ ਸ਼ਿਫਟ ਕਰਨ ਵਾਸਤੇ ਇਹ ਗੱਲ ਕਰਦੇ ਆ, ਅਤੇ ਉਹਨਾਂ ਦੀ ਸਿਹਤਯਾਬੀ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਆ। ਸੋ ਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਗੁਰੂ ਦੀਆਂ ਲਾਡਲੀਆਂ ਫੌਜਾਂ ਅੱਜ ਜਗਰਾਓਂ ਵਿਖੇ ਮਹੱਲਾ ਕੱਢਣ ਜਾ ਰਹੀਆਂ ਨੇ। ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਜੀ ਤਰਨਾ ਦਲ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸਾਰਾ ਮਹੱਲਾ ਕੱਢਿਆ ਜਾ ਰਿਹਾ। ਅੱਜ ਇੱਕ ਮਤਾ ਜਿਹੜਾ ਵਾ, ਇੱਥੇ ਸਾਰਿਆਂ ਨੇ ਰਲ ਕੇ, ਸਾਰੀਆਂ ਫੌਜਾਂ ਨੇ ਰਲ ਕੇ ਮਤਾ ਜਿਹੜਾ ਪਾਇਆ ਕਿ ਜੋ ਮੋਰਚੇ ਲੱਗੇ ਨੇ, ਕਿਸਾਨ ਮੋਰਚੇ ਚਾਹੇ ਸ਼ੰਭੂ ਆ ਅਤੇ ਚਾਹੇ ਦੂਸਰਾ, ਉਹ ਮੋਰਚਿਆਂ ਦਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਡਿਬਰੂਗੜ੍ਹ ਦੀ ਜੇਲ੍ਹ ਵਿਖੇ ਉੱਥੇ ਰੱਖ ਕੇ ਉਹਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ, ਜਬਰ ਕੀਤਾ ਜਾ ਰਿਹਾ, ਉਹ ਸਿੰਘ ਭੁੱਖ ਹੜਤਾਲ 'ਤੇ ਨੇ। ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਜੇਲ੍ਹਾਂ ਵਿੱਚ ਵੀ ਸਾਰੇ ਜਿਹੜੇ ਆ ਬੰਦੀ ਸਿੰਘ ਭੁੱਖ ਹੜਤਾਲ ਕਰ ਰਹੇ ਨੇ। ਪਿਛਲੇ ਦਿਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਹਨਾਂ ਦੀ ਚੜ੍ਹਦੀ ਕਲਾ ਲਈ, ਉਹਨਾਂ ਦੀ ਸਿਹਤਯਾਬੀ ਲਈ ਕੀਤੀ ਗਈ ਆ। ਅੱਜ ਵੀ ਸਾਰਾ ਸਮੁੱਚਾ ਦਲ ਪੰਥ ਜਿਹੜਾ ਇੱਥੇ ਬੈਠਾ, ਇਹ ਇਹਨਾਂ ਸਾਰੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਵਿੱਚ ਸਾਰੇ ਹੀ ਦਲ ਵੱਲੋਂ ਜਿੱਥੇ ਗੁਰੂ ਅੱਗੇ ਅਰਦਾਸ ਆ ਕਿ ਉਹ ਉਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਹੋਵੇ, ਅਤੇ ਸਰਕਾਰ ਨੂੰ ਇਸ ਗੱਲ ਲਈ ਚੇਤੰਨ ਕੀਤਾ ਜਾ ਰਿਹਾ ਕਿ ਉਹ ਜਿਹੜੇ ਬੰਦੀ ਸਿੰਘ ਆ ਜਿਹੜੇ ਪੰਜਾਬ ਤੋਂ ਬਾਹਰ ਨੇ, ਉਹਨਾਂ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਜਾਵੇ। ਜਿਹੜਾ ਮੋਰਚਾ ਇਸ ਸਬੰਧ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਪਰਿਵਾਰ ਅਤੇ ਖਾਸ ਤੌਰ 'ਤੇ ਉਹਨਾਂ ਦੀ ਮਾਤਾ ਜੀ ਵੱਲੋਂ ਭੁੱਖ ਹੜਤਾਲ ਰੱਖੀ ਗਈ ਆ, ਸਾਰਾ ਮੋਰਚਾ ਉਹਨਾਂ ਦਾ ਡਟ ਕੇ ਸਮਰਥਨ ਕਰਦਾ, ਉਹਨਾਂ ਦੇ ਨਾਲ ਸਹਿਯੋਗੀ ਵੀ ਆ। ਸੋ ਗੁਰੂ ਕਿਰਪਾ ਕਰਨ, ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਅਤੇ ਜਿਹੜੀ ਪੰਜਾਬ ਦੀ ਜੇਲ੍ਹਾਂ ਵਿੱਚ ਸ਼ਿਫਟ ਕਰਨ ਵਾਸਤੇ ਇਹ ਗੱਲ ਕਰਦੇ ਆ, ਅਤੇ ਉਹਨਾਂ ਦੀ ਸਿਹਤਯਾਬੀ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਆ। ਸੋ ਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ।